ਸ਼੍ਰੋਮਣੀ ਪੱਤਰਕਾਰ BSP ਦੀ ਪਹਿਲੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਪੱਤਰਕਾਰ ਪ੍ਰਸਿੱਧ ਸਾਹਿਤਕਾਰ ਅਤੇ ਮਹਿਰਮ ਗਰੁੱਪ ਦੇ ਬਾਨੀ BSB ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਪਹਿਲੀ ਬਰਸੀ ਮੌਕੇ 2 ਦਿਨਾਂ ਧਾਰਮਿਕ ਸਮਾਗਮ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, SGPC ਮੈਂਬਰ ਸਤਵਿੰਦਰ ਸਿੰਘ ਟੌੜਾ ਤੋਂ ਇਲਾਵਾ ਕਈ ਰਾਜਨੀਤਿਕ ਆਗੂਆਂ ਨੇ ਹਾਜ਼ਰੀ ਲਗਵਾਈ। ਸਮਾਗਮ ਮਹਿਰਮ ਪਬਲੀਕੇਸ਼ਨ ਦੇ ਫਾਊਂਡਰ ਸਵਰਗੀ ਸਰਦਾਰ BS ਵੀਰ ਸਾਹਿਬ ਦੀ ਨਿੱਘੀ ਯਾਦਵੀ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿੱਥੇ ਉਹਨਾਂ ਦੀ ਬਹੁਤ ਵੱਡੀ ਸਮਾਜ ਸੇਵਾ ਸੀ। ਵੀਰ ਸਾਹਿਬ ਦੀ ਉੱਘੇ ਵਿਦਵਾਨ ਸੀ ਕੌਮ ਦੇ। ਮੈਂ ਵਧਾਈ ਦਿੰਦਾ ਸਮੁੱਚੇ ਮਹਿਰਮ ਪਰਿਵਾਰ ਨੂੰ ਕਿ ਬਹੁਤ ਵਧੀਆ ਉਪਰਾਲਾ ਕੀਤਾ, ਜਿੱਥੇ ਉਹਨਾਂ ਨੇ ਦਰਬਾਰ ਸਾਹਿਬ ਦੇ ਹਜ਼ੂਰੀ ਦੇ ਅੱਗੇ ਬੁਲਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਔਰ ਸਾਡਾ ਸਮਾਂ ਸਫਲ ਕੀਤਾ। ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਆਪਣੇ ਵੱਡੇ ਵਡੇਰਿਆਂ ਜੇ ਯਾਦਾਂ ਮਨਾਉਣੀਆਂ ਨੇ ਤਾਂ ਗੁਰਮਤਿ ਅਨੁਸਾਰ ਮਨਾਈਏ, ਜਿਸ ਤਰ੍ਹਾਂ ਮਹਿਰਮ ਪਰਿਵਾਰ ਨੇ ਉਪਰਾਲਾ ਕੀਤਾ ਔਰ ਗੁਰੂ ਨਾਲ ਜੁੜੀਏ। ਇਹਨਾਂ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸਾਡੇ ਨਾਭੇ ਹਲਕੇ ਦੀ ਬਹੁਤ ਵੱਡਾ ਮਾਣ ਰਹੇ ਨੇ, ਪੰਜਾਬੀ ਦਾ ਬਹੁਤ ਵੱਡਾ ਉਹਨਾਂ ਨੇ ਪਹਿਰਾ ਦਿੱਤਾ। ਵੀਰ ਸਾਹਿਬ ਦੀ ਯਾਦ ਵਿੱਚ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ ਇਹ ਫੰਕਸ਼ਨ ਕੀਤਾ ਗਿਆ, ਜਿਹੜਾ ਧਾਰਮਿਕ ਫੰਕਸ਼ਨ ਕੀਤਾ ਗਿਆ। ਸੋ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਅੱਜ ਇਹਨਾਂ ਚੀਜ਼ਾਂ ਦੀ ਕਿ ਮੁੜ ਕੇ ਆਪਣੇ ਗੁਰੂ ਨਾਲ ਜੋੜਿਆ ਜਾਵੇ। ਤਾਂ ਕਿ ਗੱਲ ਇਹ ਆ ਕਿ ਲੋਕ ਫਾਲਤੂ ਖਰਚੇ ਕਰਦੇ ਨੇ, ਬਹੁਤ ਵੱਡੇ ਵੱਡੇ ਸਮਾਗਮ ਕਰਦੇ ਨੇ, ਪਰ ਇਹ ਜਿਹੜੀਆਂ ਯਾਦਾਂ ਮਨਾਉਣੀਆਂ ਇਹ ਸਿੰਪਲ ਤਰੀਕੇ ਨਾਲ ਗੁਰੂ ਨਾਲ ਜੁੜ ਕੇ, ਅਤੇ ਬਹੁਤ ਵੱਡੀ ਮੁਬਾਰਕ ਵਾਲੀ ਗੱਲ ਹੈ। ਪਰਿਵਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ। ਸੋ ਮੈਂ ਧੰਨਵਾਦ ਕਰਦਾ ਅਤੇ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਕੇ ਆਪਣੇ ਗੁਰੂ ਵੱਲ ਵੀ ਧਿਆਨ ਦੇਈਏ ਅਤੇ ਇਹਨਾਂ ਸਾਦੇ ਪ੍ਰੋਗਰਾਮਾਂ ਵਿੱਚ ਆ ਜਾਈਏ, ਤਾਂ ਕਿ ਜਿਹੜਾ ਇਹਦਾ ਆਨੰਦ ਹੈ ਜੋ ਪਰਮਾਤਮਾ ਨੇ ਅਕਾਲ ਪੁਰਖ ਨੇ ਸਾਨੂੰ ਹੁਕਮ ਕੀਤਾ, ਗੁਰਬਾਣੀ ਸੁਣਨਾ, ਪਾਠ ਸੁਣਨਾ, ਇਹਨਾਂ ਚੀਜ਼ਾਂ ਨਾਲ ਸਾਡਾ ਜਿਹੜਾ ਕਿ ਆਉਣ ਵਾਲਾ ਜਿਹੜਾ ਰਸਤਾ ਉਹ ਸਵਾਰਿਆ ਜਾ ਸਕਦਾ। ਮੇਰੇ ਵੱਡੇ ਭਰਾ BS ਵੀਰ ਜੋ ਕੋਈ ਮਹਿਰਮ ਪਬਲੀਕੇਸ਼ਨ ਦੇ ਬਾਨੀ ਸਨ, ਉਹਨਾਂ ਦੀ ਕੱਲ੍ਹ ਪਹਿਲੀ ਬਰਸੀ ਹੈ ਅਤੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਪਹਿਲੀ ਬਰਸੀ ਮੌਕੇ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇ, ਜਿਸ ਵਿੱਚ ਮੇਰੇ ਭਤੀਜੇ ਗੁਰਪ੍ਰੀਤ ਸਿੰਘ ਦਾ ਬਹੁਤ ਵੱਡਾ ਰੋਲ ਹੈ ਅਤੇ ਉਹਨਾਂ ਨੇ ਇੰਤਜ਼ਾਮ ਕਰਕੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ 4 ਹਜ਼ੂਰੀ ਰਾਗੀ ਬੁਲਾਏ। ਕੱਲ੍ਹ 2 ਰਾਗੀਆਂ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਤੇ 2 ਮਹਾਨ ਰਾਗੀ ਭਾਈ ਜਸਵੰਤ ਸਿੰਘ ਅਤੇ ਭਾਈ ਗੁਰਕੀਰਤ ਸਿੰਘ ਅੱਜ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸਾਨੂੰ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਸੇ ਤਰ੍ਹਾਂ ਹੀ ਧਾਰਮਿਕ ਸਿੱਖੀ ਨਾਲ ਜੁੜੇਗੀ। ਜੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।